ਮੰਮਾ ਮੂਲ ਕਿਹਾ ਮਨ ਮਾਨੇ, ਮਰਮੀ ਹੋਏ ਸੋ ਮਨ ਕੋ ਜਾਣੇ। ਮੰਮਾ ਮੂਲ ਗਹਿਆ, ਉਹ ਆ ਗਈ ਨਾ ਗੱਲ, ਆਪਣਾ ਮੂਲ ਗਹਿਲ ਦੇ ਨਾਲ ਮੇਲ ਹੋ ਗਿਆ, ਗਹਿਆ ਫੜ ਲਿਆ, ਮਨ ਨੇ ਆਪਣਾ ਬੁੱਧੀ ਨੇ ਮਨ ਬੁੱਧੀ ਨੇ ਆਪਣਾ ਮੂਲ ਨਾਲ ਸਪਰਸ਼ ਕਰ ਲਿਆ, ਆਪਣੇ ਮੂਲ ਨਾਲ ਜੁੜ ਗਏ। ਮੂਲ ਗਹਿਆ ਮਨ ਮਾਨੇ, ਮਨ ਮਾਨੇ, ਮਨ ਮੰਨ ਗਿਆ ਵੀ ਹਾਂ ਲੈ, ਉਹ ਤਾਂ ਐਵੇਂ ਹੀ ਕਹੇ ਜਾਂਦੇ ਤੇ ਪਰਮਾਤਮਾ ਇਹ ਹੈ ਵੋ ਹੈ, ਪਰਮਾਤਮਾ ਲਾਉਂਦੀ ਤਾਂ ਕੋਈ ਚੀਜ਼ ਹੈ ਹੀ ਨਹੀਂ। ਜਿੰਨੀ ਆਤਮ ਜਾਣਿਆ ਗੁਰਬਾਣੀ ਗੱਲ ਕਰਦੀ ਆ ਉਹ ਆਪ ਇੱਕ ਹੈ, ਆ ਇਹਨੂੰ ਪਤਾ ਲੱਗ ਗਿਆ ਵੀ ਤੂੰ ਤਾਂ ਆਪ ਹੀ ਉਹ ਇੱਕ ਹੈ, ਜਿਹਦੀ ਇੱਕ ਰੌਲਾ ਪਾਇਆ ਹੋਇਆ ਸਾਰੀਆਂ ਮੱਤਾਂ ਨੇ, ਉਹ ਤਾਂ ਤੂੰ ਹੀ ਹੈ। ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ ਔਰ, ਜਿਹਨੂੰ ਹੋਰ ਸਮਝਦਾ ਤਾਂ ਤੂੰ ਹੀ ਹੈ। ਕਿਉਂ ਨਹੀਂ ਸੀ ਪਤਾ ਲੱਗਿਆ ਭਰਮ ਆਇਆ ਪਾਇਆ ਹੋਇਆ ਬਾਹਰਲਿਆਂ ਦਾ, ਬਾਹਰਲੀਆਂ ਮੱਤਾਂ ਦਾ ਭਰਮ ਪਾਇਆ ਹੋਇਆ ਸੀ। ਮੰਮਾ ਮੂਲ ਗਹਿਆ ਮਨ ਮਾਨੇ, ਮਰਮੀ ਹੋਏ ਸੋ ਮਨ ਕੋ ਜਾਣੇ। ਮਰਮੀ ਹੋਏ ਸੋ ਮਨ ਕੋ ਜਾਣੇ, ਜਿਹੜਾ ਖੋਜੀ ਹੋਵੇ ਮਨ ਨੂੰ ਜਾਣ ਲੈਂਦਾ, ਖੋਜੀ ਹੋਵੇ ਤਾਂ ਮਨ ਨੂੰ ਜਾਣ ਸਕਦਾ, ਆਤਮ ਜਾਣ ਸਕਦਾ, ਆਤਮ ਗਿਆਨੀ ਖੋਜੀ ਆਤਮ ਗਿਆਨੀ ਹੋ ਸਕਦਾ, ਖੋਜ ਕਰੇ ਤਾਂ ਆਤਮ ਗਿਆਨੀ ਹੋ ਸਕਦਾ, ਜਿਹਨੇ ਖੋਜ ਕੀਤੀ ਆਤਮ ਗਿਆਨੀ ਹੋ ਗਿਆ। ਮਤ ਕੋਈ ਮਨ ਮਿਲਤਾ ਬਿਲ ਮਾਵੇ, ਮਗਨ ਪਿਆ ਤੇ ਸੋ ਸੱਚ ਪਾਵੇ। ਇੱਕ ਹੋਰ ਗੱਲ ਹੈ, ਹੁਣ ਜਦ ਮਨ ਨੂੰ ਜਾਣ ਲਈਦਾ ਨਾ, ਜਦ ਮਨ ਮਿਲਦਾ ਫਿਰ ਬਹੁਤ ਲੋਕ ਨੇੜੇ ਪਿੱਛੇ ਮੁੜ ਜਾਂਦੇ, ਬਹੁਤ ਔਖੀ ਗੱਲ ਹੈ। ਉਹ ਮੌਤ ਹੈ, ਉਹਨੂੰ ਕਹਿੰਦੇ ਹਮੇਸ਼ਾ ਵਾਸਤੇ ਮੌਤ ਹੈ, ਸੰਸਾਰ ਹਮੇਸ਼ਾ ਵਾਸਤੇ ਛੁੱਟ ਜਾਂਦਾ। ਜਿਵੇਂ ਕੋਈ ਗਿਆ ਸਮੁੰਦਰ ਡੁੱਬ ਗਿਆ, ਉੱਥੇ ਰਹਿ ਗਿਆ, ਸੰਸਾਰ ਕਿੱਥੇ ਗਿਆ? ਕਿਤੇ ਵੀ ਨਹੀਂ। ਜੇ ਮਨ ਮਿਲ ਨਾ ਗਿਆ, ਜੇ ਵਿਲਮ ਕਰ ਦਵੇ, ਕਿਉਂਕਿ ਸੰਸਾਰ ਨਹੀਂ ਫਿਰ ਮੁੜ ਕੇ ਤੈਂ ਉਹਨਾਂ ਵਿੱਚ, ਉੱਥੋਂ ਪਿੱਛੇ ਬੜੇ ਹੁੰਦੇ ਬਹੁਤੇ ਲੋਕ, ਮਨ ਕਬੂਲ ਹੀ ਨਾ ਕੀਤਾ, ਉਹ ਕਹਿੰਦੇ ਇਹ ਨਾ ਕਰ ਲਿਓ ਕਿਤੇ। ਮਤ ਕੋਈ ਮਨ ਮਿਲਤਾ ਬਿਲਮਾਵੇ, ਹਾਂ ਵੀ ਚੱਲ ਹਾਲੇ ਰੁਕ ਜਾਂਦੇ, ਰੁਕ ਜਾਂਦੇ ਵਾਲੀ ਗੱਲ ਨਾ ਕੋਈ ਕਰਦੇ ਹੋ, ਮੁੜ ਕੇ ਸਲਾਹ ਇਹ ਮਨ ਨੇ ਮੁੜ ਕੇ ਮੰਨਣਾ ਹੀ ਨਹੀਂ, ਮਨੇ ਵਾਲੇ ਆ ਉੱਥੇ, ਜੇ ਤਾਂ ਮਿਲ ਗਿਆ ਤਾਂ ਤਾਂ ਮਿਲ ਗਿਆ, ਨਹੀਂ ਉਹ ਪੁਆਇੰਟ ਤੇ ਰੋਣਾ ਹੀ ਨਹੀਂ ਮੁੜ ਕੇ, ਉਹ ਰਾਹ ਨਹੀਂ ਆਉਣਾ ਫਿਰ ਮੁੜ ਕੇ, ਫਿਰ ਨਹੀਂ ਪੈਣਾ। ਜਿੱਥੋਂ ਡਰ ਜਾਵੇ ਇਹ, ਉਹ ਹੀ ਹੈ ਡਾਡਾ ਡਰ ਉਪਜੇ, ਡਰ ਜਾਈ, ਡਰ ਜਾਈ, ਇਹ ਤਾਂ ਡਰ ਹੈ ਉਹਦਾ, ਆਹ ਡਰ ਹੈ ਅਸਲ 'ਚ, ਜਿਹੜਾ ਡੱਡਾ ਡਰ ਉਪਜਾ ਡਰ ਜਾਈ ਕਿਹਾ, ਇੱਥੇ ਮਨ ਜਾ ਮਿਲਦਾ ਡਰ ਹੈ ਪਏ ਇੱਥੇ ਸੰਸਾਰ ਛੱਡਦਾ, ਹਾਂ ਹਮੇਸ਼ਾ ਵਾਸਤੇ ਛੱਡ ਦੇਣਾ। ਅਸਲ ਦੇ ਵਿੱਚ ਇਹਨੂੰ ਐਂ ਭਰੋਸਾ ਵੀ ਮੇਰੀ ਅਗੜ ਅਜੋਖਾ ਨਹੀਂ ਨਾ ਦੂਜਿਆਂ ਖੁੱਲੀਆਂ, ਤਾਂ ਡਰਦਾ। ਅਜੋ ਮਨ ਨੇ ਮਿਲਣਾ ਫਿਰ ਇਹਨੇ ਜੰਮਣਾ, ਅੱਖਾਂ ਤਾਂ ਫਿਰ ਮਿਲਣੀਆਂ ਨੇ, ਉਹ ਭਰੋਸਾ ਨਹੀਂ ਹੈਗਾ ਤਾਂ ਡਰਦਾ। ਇਹਨੂੰ ਤਾਂ ਸੰਸਾਰ ਇੱਧਰ ਨੂੰ ਵੀ ਵਧੀਆ ਦਿਖਣਾ, ਇਹਨੂੰ ਐਂ ਲੱਗਦਾ ਵੀ ਅੱਖਾਂ ਛੱਡਦੀਆਂ, ਅੱਖਾਂ ਨਾਲ ਦੀਂਦਾ ਮੈਨੂੰ ਫਿਰ ਦਿਖਣਾ ਹੀ ਨਹੀਂ, ਇਹ ਗੱਲ ਗਲਤ ਹੈ। ਉਹ ਗੱਲ 'ਤੇ ਭਰੋਸਾ ਨਹੀਂ ਹੈ ਵੀ ਫਿਰ ਜੰਮੇ ਆਉਂਦਾ ਕੀ ਪਰਮੇਸ਼ਰ ਰਹਿੰਦਾ, ਫਿਰ ਜੇ ਤੂੰ ਅੰਨਾ ਹੋ ਜਾਏਗਾ ਭਲਾ ਕੀ ਪਰਮੇਸ਼ਰ ਰਹਿੰਦਾ, ਜੇ ਉਹ ਅੰਨਾ ਨਹੀਂ ਤਾਂ ਤੂੰ ਕਿਵੇਂ ਅੰਨਾ ਹੋ ਜਾਏਗਾ ਬਈ, ਜਿਹਨੇ ਸੰਸਾਰ ਪੈਦਾ ਕੀਤਾ ਚਲਾ ਰਿਹਾ ਉਹ ਅੰਨ, ਜੇ ਜਾ ਉਹ ਆ ਤੂੰ ਹੋ ਜਾਏਗਾ। ਜੇ ਇਹ ਪਰ ਇਹ ਗੱਲ ਨੂੰ ਸੋਚੇ ਫਿਰ ਨਹੀਂ ਡਰਦਾ, ਜੇ ਇਹ ਨਾ ਇਹਦਾ ਗਿਆਨ ਨਾ ਹੋਵੇ ਫਿਰ ਡਰ ਜਾਂਦਾ। ਇਸ ਕਰਕੇ ਕਿਹਾ ਗੁਰਬਾਣੀ ਨੂੰ ਸੱਤ ਸੱਤ ਕਰਕੇ ਮੰਨੋ, ਕਿਉਂਕਿ ਕਦੇ ਵੀ ਪੈਸੜੀ ਹੋ ਸਕਦੀ ਹੈ, ਕਿਸੇ ਸਟੇਜ 'ਤੇ ਵੀ ਭਰਮ ਪੈਦਾ ਹੋ ਸਕਦਾ, ਕਿਸੇ ਐਂਗਲ ਤੋਂ ਵੀ ਸਾਡੀ ਕਮੀ ਹੋ ਸਕਦੀ ਹੈ ਗਿਆਨ ਦੀ। ਮਤ ਕੋਈ ਮਨ ਮਿਲ ਤੋ ਮਿਲਤਾ ਬਿਲਮਾਵੇ, ਕਬੀਰ ਦਾ ਕੋਈ ਹੈ ਨਹੀਂ ਸੀ ਨਾ ਪਹਿਲਾਂ ਪੂਰੇ, ਇਹਦਾ ਹੋਇਆ ਹੋਊਗਾ ਜਗ ਤੱਕ, ਫਿਰ ਇਹਨੇ ਛਾਲ ਮਾਰਤੀ ਅੱਖਾਂ ਵੇਚ ਕੇ, ਜਿਵੇਂ ਜਹਾਜ਼ 'ਚੋਂ ਜਾਂ ਛਾਲ ਮਰਾਉਂਦੇ ਨੇ ਨਾ,
ਉੱਤੇ ਪਹਿਲੀ ਵਾਰ ਉਹ ਧੋਕੇ ਛਾਲ ਮਾਰਦੇ ਨੇ, ਕਈਆਂ ਦੇ ਤਾਂ ਫੱਟਾ ਹੀ ਖੜ ਦਿੰਦੇ ਨੇ ਵੀ ਛੱਤਰੀ ਆਪੇ। ਉਹ ਕਹਿੰਦੇ ਜੇ ਛੱਤਰੀ ਨਾ ਖੁੱਲੀ ਮੈਂ ਤਾਂ ਐਟਮੋਂ ਥੱਲੇ ਆਊਂਗਾ, ਡਰਦਾ ਨਾ ਵੀ ਛੱਤਰੀ ਖੁੱਲੂ ਕਿ ਨਹੀਂ ਖੁੱਲੂ। ਜਾਂ ਦੋ ਚਾਰ ਵਾਰ ਛਾਲਾ ਮਾਰ ਲੈਂਦਾ ਇੱਕ ਦੋ ਵਾਰ, ਫਿਰ ਬਸ ਫਿਰ ਕੋਈ ਗੱਲ ਹੀ ਨਹੀਂ, ਇੱਦਾਂ ਹੀ ਆ। ਪਹਿਲੀ ਵਾਰ ਡਰ ਲੱਗਦਾ ਹੀ ਆ ਸਭ ਨੂੰ, ਪੈਲੀ ਚੀਜ਼ ਹੈ। ਜਾਂ ਛਾਲਾ ਮਾਰ ਲੈਂਦਾ ਛੱਤਰੀ ਖੁੱਲਦੀ ਹੈ, ਫਿਰ ਕੋਈ ਗੱਲ ਹੀ ਨਹੀਂ। ਤੁਹਾਨੂੰ ਪਤਾ ਇਹਨਾਂ ਦੀ ਤਾਂ ਖੁੱਲੇ ਜਾਂਦੀ ਹੁੰਦੀ ਹੈ। ਹਾਂਜੀ, ਮਤ ਕੋਈ ਮਨ ਮਿਲਦਾ ਬਿਲ ਮਾਵੇ, ਮਗਨ ਪਿਆ ਤੇ ਸੋ ਸੱਚ ਪਾਵੇ। ਬਸ ਤੁਸੀਂ ਮਗਨ ਹੋ ਕੇ ਰਹੋ, ਹੋਣਾ ਸੋ ਹੋਏਗਾ। ਮਗਨ ਰਹੋ ਗੁਰਬਾਣੀ ਨੂੰ ਮੰਨ ਕੇ, ਤੇ ਬਿਨਾਂ ਮਗਨ ਹੋ ਹੀ ਨਹੀਂ ਸਕਦਾ। ਇਹ ਖਿਆਲ ਵਿੱਚ ਪੈਦਾ ਹੀ ਨਾ ਹੋਣ ਦਿਓ। ਜਿਹੜਾ ਮਗਨ ਆਦਮੀ ਹੁੰਦਾ ਉਹ 'ਚ ਖਿਆਲ ਨਹੀਂ ਪੈਦਾ ਹੁੰਦਾ। ਖਿਆਲ ਕਿੱਥੇ ਪੈਦਾ ਹੁੰਦਾ? ਉਲਟੇ, ਜੇ ਮਗਨ ਨਾ ਹੋਵੇ। ਜਦ ਮਗਨ ਹੁੰਦਾ ਦੂਆ ਖਿਆਲ ਹੀ ਨਹੀਂ ਪੈਦਾ ਹੁੰਦਾ। ਦੂਆ ਖਿਆਲ ਪੈਦਾ ਹੀ ਨਾ ਹੋਣ ਦਿਓ, ਸ਼ੰਕਾ ਵਾਲਾ ਖਿਆਲ ਹੀ ਨਾ ਪੈਦਾ ਹੋਣ ਦਿਓ। ਹਾਂਜੀ।